ਸ੍ਰੀਕਾਲ ਜੀ, ਤੁਸੀਂ ਦੇਖ ਰਹੇ ਹੋ ਰੇਡੀਓ ਸਪਾਈਸ ਤੇ ਅੱਜ ਅਸੀਂ ਜਿਹੜੀ ਜਗ੍ਹਾ ਤੇ ਪਹੁੰਚੇ ਹੋਏ ਹਾਂ ਇਹਨੂੰ ਕਿਹਾ ਜਾਂਦਾ ਹੈ ਪਹਾੜੀਆਂ ਦੀ ਰਾਣੀ, ਯਾਨੀ ਪਹਾੜਾਂ ਦੀ ਰਾਣੀ ਸ਼ਿਮਲਾ, ਜੋ ਕਿ ਅੰਗਰੇਜ਼ਾਂ ਦੇ ਵੇਲੇ ਤੋਂ ਹੀ ਰਾਜਧਾਨੀ ਹੈ ਹਿਮਾਚਲ ਪ੍ਰਦੇਸ਼ ਦੀ। ਔਰ ਇਸ ਵੇਲੇ ਹਿਮਾਚਲ ਪ੍ਰਦੇਸ਼ ਦੇ ਵਿੱਚ ਗਹਿਮਾ ਗਹਿਮੀ ਵੀ ਹੈ ਕਿਉਂਕਿ 12 ਨਵੰਬਰ ਨੂੰ ਇੱਥੇ ਹੋਣ ਜਾ ਰਹੇ ਨੇ ਇਲੈਕਸ਼ਨ। ਇਸ ਵੇਲੇ ਜਿਸ ਜਗ੍ਹਾ ਤੇ ਅਸੀਂ ਹਾਂ ਤੇ ਮੇਰੇ ਪਿੱਛੇ ਤੁਸੀਂ ਦੇਖ ਪਾ ਰਹੇ ਹੋ ਚਰਚ ਹੈ, ਅੰਗਰੇਜ਼ਾਂ ਨੇ ਇਸ ਸੋਹਣੇ ਜਿਹੇ ਸ਼ਹਿਰ ਨੂੰ ਵਸਾਇਆ ਸੀ, ਇਸ ਰਾਜਧਾਨੀ ਨੂੰ ਵਸਾਇਆ ਸੀ। ਔਰ ਉਦੋਂ ਤੋਂ ਲੈ ਕੇ ਜੋ ਡਿਵੈਲਪਮੈਂਟ ਹੋਈ ਹੈ ਹੁਣ ਤੱਕ ਹੌਲੀ 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 ਤੁਸੀਂ ਦੇਖ ਪਾ ਰਹੇ ਹੋ ਕਿ ਬਹੁਤ ਸਾਰੀ ਕੰਸਟਰਕਸ਼ਨ ਕੀਤੀ ਗਈ ਹੈ, ਬਹੁਤ ਕੁਝ ਕੀਤਾ ਗਿਆ। ਲੇਕਿਨ ਦੇਖਿਆ ਜਾਵੇ ਤਾਂ ਇਸ ਮਾਲ ਰੋਡ ਦੇ ਉੱਪਰ ਹਰ ਵੇਲੇ ਗਹਿਮਾ ਗਹਿਮੀ ਹੁੰਦੀ ਹੈ। ਅੱਜ ਸੰਡੇ ਹੈ, ਸੰਡੇ ਦੀ ਸਵੇਰ ਹੈ ਔਰ ਇਸ ਕਰਕੇ ਥੋੜੇ ਲੋਕ ਘੱਟ ਨੇ, ਪਰ ਇਹਦੇ ਬਾਵਜੂਦ ਉਹ ਜੋ ਖੂਬਸੂਰਤੀ ਹੈ, ਉਹ ਜੋ ਨੇਚਰ ਨੂੰ ਤੁਸੀਂ ਮਾਨਣਾ ਹੈ ਤਾਂ ਸਾਡੇ ਵਰਗੇ ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਸ਼ਾਰਟ ਬ੍ਰੇਕ ਚਾਹੀਦੀ ਹੈ ਤਾਂ ਫਿਰ ਨੇੜਲੇ ਪਹਾੜੀ ਇਲਾਕੇ 'ਚ ਜਾਇਆ ਜਾਵੇ। ਸੋ ਸ਼ਿਮਲਾ ਤੋਂ ਵਧੀਆ ਕੋਈ ਵੀ ਨਹੀਂ, ਸਵਾਓ ਕਰਦੇ ਆ ਸੈਰ ਸ਼ਿਮਲੇ ਦੀ। ਪਹਾੜਾਂ ਦੀ ਰਾਣੀ ਸ਼ਿਮਲਾ, ਬ੍ਰਿਟਿਸ਼ ਰਾਜ ਦੇ ਵਿੱਚ ਇਹ ਗਰਮੀਆਂ ਦੇ ਵਿੱਚ ਉਹਨਾਂ ਦੀ ਰਾਜਧਾਨੀ ਹੁੰਦੀ ਸੀ। ਅੰਗਰੇਜ਼ ਜਿਸ ਵੇਲੇ ਸ਼ਿਮਲਾ ਆਏ, ਉਹਨਾਂ ਨੂੰ ਇੱਥੋਂ ਦੀ ਆਬੋ ਹਵਾ ਪਸੰਦ ਆਈ ਅਤੇ ਬਸ ਉਹਨਾਂ ਨੇ ਇੱਥੇ ਡੇਰਾ ਜਮਾ ਲਿਆ, ਖਾਸ ਤੌਰ 'ਤੇ ਗਰਮੀਆਂ ਦੇ ਵਿੱਚ। ਸ਼ਿਮਲਾ ਕਈ ਪਹਾੜੀਆਂ 'ਤੇ ਬਣਿਆ ਹੋਇਆ, ਦੇਖਿਆ ਜਾਵੇ ਇਹਦੇ ਵਿੱਚ ਜਾਖੂ ਜਿਹਦੀ ਉਚਾਈ 8,050 ਫੀਟ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਉੱਚੀਆਂ ਪਹਾੜੀਆਂ ਦੇ ਨਾਲ ਸ਼ਿਮਲਾ ਘਿਰਿਆ ਹੋਇਆ। ਗੱਲ ਕਰੀਏ ਸ਼ਿਮਲੇ ਦੀ ਮਾਲ ਰੋਡ ਦੀ, ਤਾਂ ਇਸਨੂੰ ਸਕੈਂਡਲ ਪੁਆਇੰਟ ਦਾ ਨਾਮ ਇਸ ਕਰਕੇ ਦਿੱਤਾ ਗਿਆ ਕਿਉਂਕਿ ਕਹਾਣੀ ਇਸ ਤਰ੍ਹਾਂ ਹੈ ਕਿ ਮਹਾਰਾਜਾ ਪਟਿਆਲਾ ਵਾਇਸ ਰਾਏ ਦੀ ਬੇਟੀ ਨੂੰ ਭਜਾ ਕੇ ਲੈ ਗਏ ਸਨ, ਜਾਂ ਫਿਰ ਪਿਆਰ 'ਚ ਸੀ ਉਹ ਦੋਨੇ ਅਤੇ ਇਸ ਕਰਕੇ ਉਹ ਦੌੜ ਗਏ ਅਤੇ ਬ੍ਰਿਟਿਸ਼ ਅਧਿਕਾਰੀਆਂ ਨੇ ਉਹਨਾਂ ਦੇ ਸ਼ਿਮਲਾ ਆਉਣ 'ਤੇ ਰੋਕ ਲਗਾ ਦਿੱਤੀ ਸੀ। ਇੱਥੋਂ ਤੱਕ ਕਿ ਭਾਰਤੀਆਂ ਦੇ ਹੀ ਇਸ ਮਾਲ ਰੋਡ 'ਤੇ ਆਉਣ ਜਾਣ 'ਤੇ ਪਾਬੰਦੀ ਲਾ ਦਿੱਤੀ ਗਈ ਸੀ। ਕਹਿੰਦੇ ਸਨ ਕਿ ਉਸ ਵੇਲੇ ਉਹਨਾਂ ਨੂੰ ਉੱਥੇ ਕੋੜੇ ਦੀ ਸਜ਼ਾ ਦਿੱਤੀ ਜਾਂਦੀ ਸੀ ਅਤੇ ਜੁਰਮਾਨਾ ਵੀ ਲਾਇਆ ਜਾਂਦਾ ਸੀ। ਖੈਰ ਇਹਦਾ ਜਵਾਬ ਮਹਾਰਾਜਾ ਨੇ ਆਪਣੀ ਇੱਕ ਨਵੀਂ ਰਾਜਧਾਨੀ ਵਸਾ ਕੇ ਦਿੱਤਾ, ਜੋ ਕਿ ਚਹਿਲ ਦੇ ਵਿੱਚ ਹੈ, ਸ਼ਿਮਲੇ ਤੋਂ 45 ਕਿਲੋਮੀਟਰ ਦੂਰ। ਹਾਲਾਂਕਿ ਇਸ ਜਗ੍ਹਾ ਦੇ ਉੱਪਰ ਹੁਣ ਲਾਲਾ ਲਾਜਪਤ ਰਾਏ ਦਾ ਸਟੈਚੂ ਲੱਗਾ ਹੈ। ਇੱਥੇ ਗੇਇਟੀ ਥੀਏਟਰ ਵੀ ਹੈ ਜਿਹਦੀ ਸ਼ੁਰੂਆਤ ਹੋਈ ਸੀ 30 ਮਈ 1887। ਕਈ ਫੇਮਸ ਫਿਲਮੀ ਹਸਤੀਆਂ ਨੇ ਇਸ ਮੰਚ 'ਤੇ ਆਪਣੀ ਕਲਾਕਾਰੀ ਦੇ ਜੌਹਰ ਦਿਖਾਏ ਨੇ। ਅੱਜ ਗੇਇਟੀ ਨੂੰ ਇੱਕ ਮਹੱਤਵਪੂਰਨ ਸੋਸ਼ਲ ਕਲੱਬ ਦੇ ਤੌਰ 'ਤੇ ਜਾਣਿਆ ਜਾਂਦਾ ਹੈ। ਇਸ ਤੋਂ ਇਲਾਵਾ ਟਾਊਨ ਹਾਲ ਅਤੇ ਮਾਲ ਰੋਡ 'ਤੇ ਬਹੁਤ ਸਾਰੀਆਂ ਦੁਕਾਨਾਂ, ਬਹੁਤ ਸਾਰੇ ਮੌਲਸ ਵੀ ਤੁਹਾਨੂੰ ਦਿਖ ਜਾਂਦੇ ਨੇ। ਸ਼ਿਮਲਾ ਤੋਂ ਥੋੜ੍ਹੀ ਉਚਾਈ ਦੇ ਉੱਪਰ ਹੀ ਜਾਖੂ ਮੰਦਰ ਵੀ ਸਥਿਤ ਹੈ ਔਰ ਇੱਥੇ ਹਨੂੰਮਾਨ ਜੀ ਦੀ ਗਗਨ ਚੁੰਬੀ ਇੱਕ ਮੂਰਤੀ ਲਾਈ ਗਈ ਹੈ। ਬਹੁਤ ਸਾਰੇ ਲੋਕ ਆਉਂਦੇ ਨੇ ਅਤੇ ਇਸ ਮੰਦਰ 'ਚ ਆਪਣੀਆਂ ਮੁਰਾਦਾਂ ਪੂਰੀਆਂ ਕਰਦੇ ਨੇ। ਸ਼ਿਮਲਾ ਦੀ ਇਹ ਗੇੜੀ ਰੇਡੀਓ ਸਪਾਈਸ ਦੇ ਨਾਲ। ਹਾਂਜੀ, ਕਹਾਂ ਸੇ ਆਏ ਆਪ ਲੋਕ? ਹਮਾਰੇ ਰਾਜਸਥਾਨ ਉਦੈਪੁਰ ਸੇ। ਉਦੈਪੁਰ ਸੇ, ਕਿਆ ਬਾਤ ਜੀ, ਆਪਕਾ ਤਾਂ ਉਦੈਪੁਰ ਹੀ ਬੜਾ ਖੂਬਸੂਰਤ ਹੈ। ਹਾਂ ਹਾਂ, ਬਹੁਤ ਅੱਛਾ ਹੈ। ਓਕੇ, ਜੀ ਨਗਰੀ ਤੋਂ ਕਬ ਆਏ ਆਪ? ਹਮ ਸ਼ਾਮ ਕੋ ਆਏ। ਸ਼ਾਮ ਕੋ, ਕੈਸਾ ਲਗਾ ਯਹਾਂ ਕੇ? ਯਹਾਂ ਕੇ ਥੋੜਾ ਅੱਛਾ ਲਗਾ ਹੈ, ਖਾਨੇ ਕਾ ਥੋੜਾ ਅੱਛਾ ਨਹੀਂ ਹੈ। ਖਾਨਾ ਅੱਛਾ ਨਹੀਂ ਹੈ? ਲੋਕ ਤੋਂ ਕਹਤੇ ਹੈ ਕਿ ਰਾਜਸਥਾਨ ਮੇ ਬੜਾ ਤੀਖਾ ਮਿਲਤਾ ਹੈ। ਬਹੁਤ ਅੱਛਾ, ਤੀਖਾ ਮਿੱਠਾ ਸਭ ਅੱਛਾ। ਕਿਆ ਬਾਤ ਹੈ ਜੀ, ਰਾਜਸਥਾਨ ਕਾ ਦਾਲ ਬਾਟੀ ਚੂਰਮਾ ਖਾਓ, ਆਪ ਖਾਤੇ ਰਹਿ ਜਾਓਗੇ। ਜੋਰ ਜੋਰ। ਹੈਲੋ ਐਂਡ ਵੀ, ਨਾਈਸ ਟੂ ਮੀਟ ਯੂ। ਯੋਰ ਗੁੱਡ ਨੇਮ? ਯਾ ਹਾ, ਹਾਊ ਡੂ ਯੂ ਫੀਲ? ਯਾ, ਇਟਸ ਗੁੱਡ, ਇਟਸ ਅ